हाँ जी वाहिगुरु जी का खालसा, वाहिगुरु जी की फतेह। अज वक् वक् सोशल साइटा ते एक बड़े जोर शोर नाल खबर जिहड़ी हैगी उह चल रही आ कि श्रोमणी गुरद्वारा प्रबंधक कमेटी दे प्रधान साहब दे कहण ते हुण अगे तों जिहड़ा हैगा उह सचखंड श्री हरिमंदर साहब विखे जिहड़ा उह हारमोनीयम जिहड़ा उह बंद कीता जा रहा, रागी जत्थे जिहड़े ने जिहड़ा कीर्तन आ उह 33 साजां राहीं करनगे। बीते दिनी श्री अकाल तख्त साहब के जथेदार साहब वालों श्रोमणी गुरद्वारा प्रबंधक कमेटी को एक डायरेक्शन दी गई कि सचखंड श्री हरिमंदर साहब या श्रोमणी गुरद्वारा प्रबंधक कमेटी जी ये अदारिया 33 साजा नाल कीर्तन होवे, पुरातन जी साड़ी रवायत है वो मुताबक कीर्तन होवे और इस जी प्रक्रिया 3 साल के मुकम्मल कर लिया जाए। मैं ये बारे सार संगत को स्पष्ट करना चाहुंदा कि श्रोमणी गुरद्वारा प्रबंधक कमेटी कोल कुछ जथे है भी ने जिहड़े 33 साजां नाल कीर्तन करदे ने और साढ़े जिन्ने भी विद्यालय जां मिशनरी कॉलेज ने उन्हां विच जिहड़ा 33 साजां नाल कीर्तन करन दी जिहड़ी प्रक्रिया आ उह शुरू आ। मानयोग प्रधान साहब श्रोमणी गुरद्वारा प्रबंधक कमेटी सरदार हरजिंदर सिंह धामी साहब ने भी दोबारा ये बारे जिहड़ा हैगा उह श्रोमणी गुरद्वारा प्रबंधक कमेटी नूं धर्म प्रचार कमेटी के सकत्र साहब नूं जिहड़ा उदेश कीता कि जे किते नहीं भी है किसी विद्यालय दे विच मान लो 33 साजां नाल कीर्तन सीखण दी जिहड़ी हैगी उह सिखलाई देण दी जिहड़ी हैगी उह नहीं कोई टीचर हैगा, तुरंत उहदे ते अमल करदे आ जथेदार श्री अकाल तख्त साहब दी हदायतां मुताबक जिहड़ा आ उहनूं अगे वधाया जावे और इहदे ते श्रोमणी गुरद्वारा प्रबंधक कमेटी पूरी सुहिरदता नाल अगे वध रही है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਡਾਕਟਰ ਦਵਿੰਦਰਪਾਲ ਸਿੰਘ ਹੈ ਅਤੇ ਮੈਂ ਵਿੱਦਿਆ ਦੇ ਖੇਤਰ ਦੇ ਵਿੱਚ ਪਿਛਲੇ ਲਗਭਗ 30 ਸਾਲ ਤੋਂ ਐਕਟਿਵ ਹਾਂ। ਕੀ ਕਹਿਣਾ ਚਾਹੋਗੇ ਜਿਹੜਾ ਸਿੰਘ ਸਾਹਿਬ ਵੱਲੋਂ ਬਿਆਨ ਇੱਕ ਜਾਰੀ ਕੀਤਾ ਜਾਂਦਾ ਵੀ 33 ਸਾਜਾਂ ਦੀ ਵਰਤੋਂ ਜਿਹੜੀ ਆ ਸੱਚਖੰਡ ਹਰਿਮੰਦਰ ਸਾਹਿਬ ਵਿੱਚ ਕੀਤੀ ਜਾਏਗੀ ਅਤੇ ਹਾਰਮੋਨੀਅਮ ਦੀ ਵਰਤੋਂ 'ਤੇ ਰੋਕ ਲਾਈ ਜਾਏ? ਦੇਖੋ ਜੀ, ਇਹ ਪ੍ਰਸ਼ਾਸਨ ਦਾ ਫੈਸਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪ੍ਰਬੰਧਕੀ ਅਦਾਰਾ ਉਹਨਾਂ ਦਾ ਫੈਸਲਾ ਔਰ ਸਿੰਘ ਸਾਹਿਬ ਦੀ ਹਦਾਇਤ ਹੈ। ਅਸੀਂ ਰਵਾਇਤੀ ਤੌਰ 'ਤੇ 33 ਸਾਜਾਂ ਦੇ ਨਾਲ ਕੀਰਤਨ ਕਰਦੇ ਰਹੇ ਹਾਂ। ਅੱਜ ਤੋਂ ਲਗਭਗ 100-125 ਸਾਲ ਪਹਿਲੇ ਇਹ ਹਾਰਮੋਨੀਅਮ ਆਇਆ ਸੀ, ਜਿਹੜਾ ਇੰਗਲਿਸ਼ ਬੈਲੋ ਹਾਰਮੋਨੀਅਮ ਹੈ। ਇਹ ਪਹਿਲਾਂ ਯੂਰਪ ਦੇ ਵਿੱਚ, ਹਿੰਦੁਸਤਾਨ 'ਚ ਕਲਕੱਤਾ, ਮੁੰਬਈ ਵੱਡੇ ਸ਼ਹਿਰਾਂ 'ਚ ਉਪਲਬਧ ਸੀ। ਅਸੀਂ ਇਹਦੀ ਵਰਤੋਂ ਸ਼ੁਰੂ ਕੀਤੀ, ਜਿਹੜੇ ਸਾਡੇ ਉਸ ਸਮੇਂ ਦੇ ਧਾਰਮਿਕ ਲੀਡਰ ਸਨ, ਸਾਡੀਆਂ ਸੰਸਥਾਵਾਂ ਸੀ, ਰਾਗੀ ਸਿੰਘ ਸੀ, ਉਹਨਾਂ ਇਹਨੂੰ ਅਪਣਾ ਲਿਆ ਅਤੇ ਅਪਣਾਉਣ ਦੇ ਨਾਲ ਪ੍ਰਵਾਨਿਤ ਹੋ ਗਏ ਇਹ ਸਾਜ਼ ਔਰ ਜਿਹੜੇ ਹੁਣ ਤੱਕ ਨਿਰੰਤਰ ਚੱਲ ਰਹੇ ਆ। ਜੇ ਰਵਾਇਤ ਨੂੰ ਮੁੜ ਸੁਰਜੀਤ ਕਰਨ, ਪੁਨਰ ਸੁਰਜੀਤ ਕਰਨ ਦਾ ਵਿਚਾਰ ਸਿੰਘ ਸਾਹਿਬ ਨੇ ਲੀਤਾ ਤਾਂ ਬਹੁਤ ਇੱਕ ਸ਼ਲਾਘਾਯੋਗ ਕਦਮ ਹੈ ਔਰ ਐਸਾ ਕੀਤਾ ਜਾਣਾ ਚਾਹੀਦਾ। ਕਾਫੀ ਲੰਬੇ ਸਮੇਂ ਤੋਂ ਹਾਰਮੋਨੀਅਮ ਦੀ ਵਰਤੋਂ ਕੀਤੀ ਜਾ ਰਹੀ, ਲਗਭਗ 1901 ਤੋਂ ਕੀਤੀ ਜਾ ਰਹੀ ਹੈ, ਕਿਤੇ ਨਾ ਕਿਤੇ ਸਮਾਂ ਕਾਫੀ ਜ਼ਿਆਦਾ ਵਿੱਚ ਆ ਗਿਆ ਅਤੇ ਹੁਣ ਇਹੋ ਜਿਹੇ ਬਿਆਨ ਜਾਰੀ ਕਰਨਾ। ਹਾਰਮੋਨੀਅਮ ਜਿਹੜਾ ਵੈ ਉਹ ਇੱਕ ਸਪੋਰਟਿੰਗ ਇੰਸਟਰੂਮੈਂਟ ਹੈ ਸਾਡੇ ਕੀਰਤਨ ਵਾਸਤੇ। ਅਸਲ ਮੁੱਦਾ ਸਾਡਾ ਕੀਰਤਨ ਹੈ, ਅਸੀਂ ਕੀਰਤਨ ਤਾਂ ਨਿਰੰਤਰ ਕਰ ਰਹੇ ਹਾਂ, ਕਿਸੇ ਵੀ ਸਾਜ਼ ਦੇ ਨਾਲ ਕੀਤਾ ਜਾ ਸਕਦਾ। ਨਹੀਂ ਜਿਹੜੀ ਵਿੱਚ ਗੱਲ ਕੀਤੀ ਜਾ ਰਹੀ ਵੀ ਅੰਗਰੇਜ਼ਾਂ ਦੀ ਦੇਣ ਹੈ, ਇਹਦੀ ਜਿਹੜੀ ਵਰਤੋਂ 'ਤੇ ਬੈਨ ਲਾਉਣਾ ਚਾਹੀਦਾ? ਦੇਖੋ, ਕਾਢ ਤਾਂ ਅੰਗਰੇਜ਼ਾਂ ਦੀ ਹੈ, ਅੰਗਰੇਜ਼ਾਂ ਦੀਆਂ ਤਾਂ ਬੜੀਆਂ ਕਾਢਾਂ ਅੱਜ ਵੀ ਅਸੀਂ ਵਰਤਦੇ ਹਾਂ। ਬਿਜਲੀ ਦੀ ਵਰਤੋਂ ਕਰ ਰਹੇ ਹਾਂ ਅਸੀਂ, ਉਹ ਥੋੜ੍ਹੀ ਬੰਦ ਕਰ ਦੇਵਾਂਗੇ। ਅਸੀਂ ਕਈ ਐਸੀਆਂ ਕਾਢਾਂ ਜਿਹੜੀਆਂ ਅਸੀਂ ਅੰਗਰੇਜ਼ਾਂ ਦੀਆਂ ਅਸੀਂ ਅੱਜ ਵਰਤ ਰਹੇ ਹਾਂ, ਲੇਕਿਨ ਖਾਲੀ ਅੰਗਰੇਜ਼ਾਂ ਦੀ ਕਾਢ ਹੋਣ ਕਰਕੇ ਨਹੀਂ ਛੱਡ ਰਹੇ। ਅਸੀਂ ਆਪਣੀਆਂ ਰਵਾਇਤਾਂ ਨੂੰ ਮੁੜ ਸੁਰਜੀਤ ਕਰਨ ਦੇ ਲਈ 33 ਸਾਜ਼ਾਂ ਵੱਲ ਮੁੜ ਰਹੇ ਹਾਂ। ਸਾਡਾ ਕੋਈ ਹਾਰਮੋਨੀਅਮ ਦੇ ਨਾਲ ਵੈਰ ਵਰੋ ਥੋੜ੍ਹੀ ਆ। ਅਸੀਂ 100 ਸਾਲ ਜਿਸ ਸਾਜ਼ ਨੂੰ ਵਰਤਿਆ ਅਸੀਂ ਉਹਦੇ ਖਿਲਾਫ਼ ਨਹੀਂ, ਸਾਡਾ ਅਸਲ ਮੁੱਦਾ ਕੀਰਤਨ ਹੈ, ਅਸੀਂ ਕੀਰਤਨ ਕਰ ਰਹੇ ਹਾਂ ਅਤੇ ਕੀਰਤਨ ਦੇ ਲਈ ਅਸੀਂ ਕੋਈ ਵੀ ਸਾਜ਼ ਦੀ ਵਰਤੋਂ ਕਰ ਸਕਦੇ ਹਾਂ, ਇਹਦੇ 'ਚ ਕੋਈ ਐਸੀ ਗੱਲ ਨਹੀਂ ਹੋਈ। ਕੀ ਲੱਗਦਾ ਮੁੜ ਸੁਰਜੀਤ ਕਰਨ ਲਈ ਪ੍ਰਬੰਧਕ ਜਿਹੜੇ ਸ਼੍ਰੋਮਣੀ ਕਮੇਟੀ ਕੋਲ ਪ੍ਰੋਪਰ ਹੈਗੇ ਨੇ? ਹਾਂਜੀ ਹੈ, ਉਹਨਾਂ ਦੇ ਕੋਲ ਪੂਰਾ ਢਾਂਚਾ ਮੌਜੂਦ ਹੈ। ਸਾਡੇ ਕੋਲ ਸਿੱਖ ਮਿਸ਼ਨਰੀ ਕਾਲਜ ਹੈ ਜਿੱਥੇ 33 ਸਾਜ਼ਾਂ ਦੀ ਵਰਤੋਂ ਦਾ ਗਿਆਨ ਦਿੱਤਾ ਜਾਂਦਾ, ਪੜ੍ਹਾਈ ਕਰਾਈ ਜਾਂਦੀ ਹੈ। ਸਾਡੇ ਕੋਲ ਕਈ ਡੇਰੇ ਆ ਜਿਹੜੇ 33 ਸਾਜ਼ ਸਿਖਾਉਂਦੇ ਆ, ਕਈ ਅਦਾਰੇ ਨੇ ਐਸੇ, ਕਈ ਵਿਅਕਤੀਗਤ ਰੂਪ 'ਚ ਐਸੇ ਸਾਜ਼ਾਂ ਦੀ ਵਰਤੋਂ ਦੀ ਜਾਣਕਾਰੀ ਦਿੰਦੇ ਆ ਔਰ ਸਾਡੇ ਜਿੰਨੇ ਵੀ ਰਾਗੀ ਸਿੰਘ ਨੇ ਇਹ ਸਾਜ਼ ਵਜਾਉਣ 'ਚ ਅੱਗੇ ਹੀ ਪ੍ਰਵੀਨ ਨੇ ਔਰ ਮਾੜੀ ਮੋਟੀ ਕੋਸ਼ਿਸ਼ ਦੇ ਨਾਲ ਅਸੀਂ ਇਹਨੂੰ ਨੇਪਰੇ ਚਾੜ ਲਵਾਂਗੇ। 3 ਸਾਲ ਦਾ ਸਮਾਂ ਕਾਫੀ ਲੰਬਾ ਹੁੰਦਾ ਹੈ ਔਰ ਇੱਕ ਠੀਕ ਕਦਮ ਹੈ।